ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਬਟਾਲਾ। ਦੱਸਣਾ ਚਾਹੁੰਦਾ ਦੋਸਤੋ ਕਿ ਸਾਧੂ ਸਿੰਘ ਧਰਮਸੋਤ ਜੋ ਕਾਂਗਰਸ ਦੇ ਸਿਰ ਕੱਢ ਮੰਤਰੀ ਨੇ, ਉਹਨਾਂ ਨੇ ਕੇਂਦਰ ਸਰਕਾਰ ਦੇ ਉੱਪਰ ਦੋਸ਼ ਲਾਏ ਨੇ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਵਿਤਕਰਾ, ਕਿਉਂਕਿ ਉਹਨਾਂ ਨੇ ਕੁੰਭ ਦੇ ਮੇਲੇ ਵਾਸਤੇ ਕਰੋੜਾਂ ਰੁਪਈਏ ਦੇ ਦਿੱਤੇ ਹੈ, ਲੇਕਿਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਉਹਨਾਂ ਨੇ ਕੁਛ ਵੀ ਨਹੀਂ ਦਿੱਤਾ। ਹਾਲਾਂਕਿ ਪੰਜਾਬ ਉਹ ਆਏ ਵੀ ਸਨ, ਲੇਕਿਨ ਪੂਰੀ ਖਬਰ ਕੀ ਹੈ, ਚੱਲਦੇ ਹਾਂ ਜੀ ਬਟਾਲਾ, ਜਿੱਥੋਂ ਸਾਡੇ ਨਾਲ ਸੁਖਦੇਵ ਰੰਧਾਵਾ ਜੀ ਜੁੜੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਰੰਧਾਵਾ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਪੰਜਾਬ ਨੇ ਧਰਮ ਸਿੰਘ ਸਾਧੂ ਸਿੰਘ ਧਰਮਸੋਤ, ਉਹ ਆਪਣੇ ਕਨਵੋਕੇਸ਼ਨ ਚ BMC ਕਾਲਜ ਜਿਹੜਾ ਵਾ ਉਹ ਡਿਗਰੀ ਵੰਡ ਸਮਾਰੋਹ ਵਿੱਚ ਹਾਜ਼ਰ ਹੋਏ ਸਨ ਜੀ, ਤੇ ਉਹਨਾਂ ਨੇ ਜਦੋਂ ਇਹ ਪੱਤਰਕਾਰਾਂ ਨਾਲ ਜਿਹੜੀ ਇਹ ਵਾਰਤਾ ਕੀਤੀ ਆ, ਤੇ ਉਹਨਾਂ ਆਖਿਆ ਵੀ 10,000 ਕਰੋੜ ਜਿਹੜਾ ਵਾ UP ਦੇ ਜਿਹੜਾ ਕੁੰਭ ਮੇਲਾ ਲੱਗਾ ਹੋਇਆ ਵਾ ਉਹਨੂੰ ਦਿੱਤਾ ਗਿਆ ਵਾ, ਤੇ ਇਹ ਜਦੋਂ ਕਿ ਜਿਹੜਾ ਸਿੱਖਾਂ ਦੀ ਭਾਵਨਾ ਨੂੰ ਇੱਕ ਪਾਸੇ ਰੱਖ ਕੇ ਉਹਦੇ ਨਾਲ ਵਿਤਕਰਾ ਕੀਤਾ ਜਾ ਰਿਹਾ, ਜੋ ਕਰਤਾਰਪੁਰ ਕੋਰੀਡੋਰ ਬਣ ਰਿਹਾ ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਅਜੇ ਢੇਲੇ ਦੀ ਉਮੀਦ ਵੀ ਨਹੀਂ ਕੀਤੀ ਜਾਂਦੀ, ਢੇਲੀ ਨੀਵੀਂ ਨਹੀਂ ਦਿੱਤੀ, ਤੇ ਇਹਦਾ ਮਤਲਬ ਆ ਵੀ ਪੰਜਾਬ ਸਰਕਾਰ ਜਿੱਥੇ ਕਾਂਗਰਸ ਸਰਕਾਰ ਹੈ ਉੱਥੇ ਜਿਹੜੀ ਸੈਂਟਰ ਸਰਕਾਰ ਹੈ ਉੱਥੇ ਵਿਤਕਰਾ ਕਰ ਰਹੀ ਹੈ ਜੀ। ਸੋਤਾ ਜੀ, ਲੇਕਿਨ ਇੱਕ ਗੱਲ ਤਾਂ ਸਾਫ਼ ਹੈ ਨਾ ਕਿ ਗੁਰਦਾਸਪੁਰ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਆਏ ਸੀ, ਲੇਕਿਨ ਬਹੁਤ ਆਸਾਂ ਸੀ ਉਹਨਾਂ ਦੇ ਕੋਲੋਂ। ਹਾਂ, ਉਸ ਵਕਤ ਵੀ ਇਹ ਬੜੇ ਬੜੇ ਵੱਡੇ ਬਿਆਨ ਜਿਹੜੇ ਆ ਦਿੱਗਜ ਨੇਤਾ ਵੱਲੋਂ ਟਾਗੇ ਗਏ ਸੀ ਕਿ ਜਦੋਂ ਹੀ ਪੰਜਾਬ ਦੀ ਫੇਰੀ ਤੇ ਆਣਗੇ, ਜਦੋਂ ਹੀ ਇਹ ਵੀ ਐਲਾਨ ਕੀਤਾ ਗਿਆ ਸੀ ਕਿ 2019 ਦੀ ਇਲੈਕਸ਼ਨ ਦਾ ਆਰੰਭ ਜਿਹੜਾ ਵਾ ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਕੀਤਾ ਜਾ ਰਿਹਾ, ਤੇ ਬੜੀਆਂ ਉਮੀਦਾਂ ਸਨ ਕਿ ਪੰਜਾਬ ਨੂੰ ਕੋਈ ਵੱਡਾ ਪੈਕੇਜ ਦੇ ਕੇ ਜਾਣਗੇ, ਜਾਂ ਕਿਸਾਨਾਂ ਨੂੰ, ਜਾਂ ਜਿਹੜਾ ਕਰਤਾਰਪੁਰ ਕੋਰੀਡੋਰ ਆ ਜਿੱਥੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ, ਗੁਰੂ ਨਾਨਕ ਨਾਮ ਦੇਵਾ ਨਹੀਂ, ਉਹ ਸਾਰੇ ਵਿਸ਼ਵ ਦੀਆਂ ਜਿਹੜੀਆਂ ਵਾ ਉੱਥੇ ਭਾਵਨਾਵਾਂ ਜਿਹੜੀਆਂ ਵਾ ਉਹ ਜੁੜੀਆਂ ਹੋਈਆਂ ਨੇ, ਪਰ ਉੱਥੇ ਵੀ ਖਾਲੀ ਹੱਥ ਜਿਹੜੇ ਆ ਉਹ ਪੰਜਾਬ ਦੇ ਵਿੱਚ ਰਹੇ। ਤੇ ਅੱਜ ਇਹੀ ਗੱਲ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਵਾ ਕਿ ਪੰਜਾਬ ਨਾਲ ਹਰ ਟਾਈਮ ਹੀ ਵਿਤਕਰਾ ਹੁੰਦਾ ਰਿਹਾ। ਲੇਕਿਨ ਇੱਕ ਗੱਲ ਰੰਧਾਵਾ ਸਾਹਿਬ ਜ਼ਰੂਰ ਪੁੱਛਾਂਗਾ, ਕਿਸਾਨਾਂ ਨੇ ਵੀ ਕਹਿਤਾ ਵੀ ਜਿਹੜੀ ਸਾਡੀ ਜ਼ਮੀਨ ਮਤਲਬ ਉਹਦੇ ਵਿੱਚ ਆ ਰਹੀ ਹੈ, ਸੜਕ ਦੇ ਵਿੱਚ ਆ ਰਹੀ ਹੈ, ਜਾਂ ਤਾਂ ਸਾਨੂੰ ਨੌਕਰੀਆਂ ਦਿਓ, ਨਹੀਂ ਤਾਂ ਫਿਰ ਅਸੀਂ ਜ਼ਮੀਨ ਨਹੀਂ ਛੱਡਾਂਗੇ, ਜਾਂ ਸਾਨੂੰ ਜ਼ਮੀਨ, ਮਤਲਬ ਇਹੋ ਜਿਹਾ ਵੀ ਵਿਵਾਦ ਵਧਿਆ ਹੋਇਆ ਹੈ ਕਿਸਾਨਾਂ ਦੇ ਨਾਲ। ਹਾਂ, ਇੱਥੇ ਮੈਂ ਇੱਕ ਜਰਨਲਿਜ਼ਮ ਦੇ ਤੋਂ ਇੱਕ ਹਟ ਕੇ ਗੱਲ ਮੈਂ ਕਰਨਾ ਚਾਹੁੰਦਾ, ਸ਼ਾਇਦ ਮੈਂ ਸਿੱਖ ਧਰਮ ਨਾਲ ਰਿਲੇਟਡ ਦੇ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ ਵਾਂ ਕਿ ਜਦੋਂ ਹੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ ਗਿਆ ਸੀ, ਤੇ ਮੋਤੀ ਰਾਮ ਜਿਹੜੇ ਉੱਥੋਂ ਦੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਸੀ ਉਹ ਵਿਛਾ ਕੇ ਧਰਤੀ ਖਰੀਦੀ ਸੀ, ਪਰ ਅੱਜ ਇੱਥੇ ਗੱਲ ਜ਼ਰੂਰ ਆ ਵੀ ਸਿੱਖ ਆਪਣੇ ਜ਼ਮੀਨਾਂ ਨੂੰ ਲੈ ਕੇ ਹੀ ਸਿਰਫ ਆਪਣਾ ਜਿਹੜਾ ਵਾ ਉਹ ਰੋਹ ਜ਼ਾਹਰ ਕਰ ਰਹੇ ਆ, ਜਦਕਿ ਉਹ ਲਾਂਘੇ ਥਾਣੀ ਸਿੱਖ ਸੰਗਤਾਂ ਨੇ ਲੰਘਣਾ ਵਾ, ਉਹ ਉਹਦੇ ਵਿੱਚ ਵਿਵਾਦ ਨਹੀਂ ਖੜਾ ਕਰਨਾ ਚਾਹੀਦਾ, ਕਿਉਂਕਿ ਜੇ ਅਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਂ ਗੁਰੂ ਨਾਨਕ ਨਾਮ ਦੇਵਾਂ ਨੂੰ ਪਿਆਰ ਕਰਦੇ ਹਾਂ ਸੰਗਤਾਂ ਨੂੰ, ਇਹ ਬਿਨਾਂ ਸ਼ਰਤ ਦੇ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਉਹ ਸਰਕਾਰ ਨੂੰ ਦੇ ਦੇਣੀ ਚਾਹੀਦੀ ਆ। ਇਹ ਨਹੀਂ ਗੱਲ ਕਿ ਉਹ ਬਿਲਕੁਲ ਫ੍ਰੀ ਦਿੱਤੀ ਜਾਏ, ਜੋ ਵੀ ਉਹਦੀ ਕੋਸਟ ਆ 3 ਗੁਣਾ ਜਿਹੜੀ ਦਿੱਤੀ ਜਾ ਰਹੀ ਆ ਉਹ ਲੈ ਲੈਣੀ ਚਾਹੀਦੀ ਆ। ਇੱਥੇ ਸਿੱਖ ਭਾਵਨਾਵਾਂ ਜਿਹੜੀਆਂ ਵਾ ਗੁਰੂ ਨਾਨਕ ਨਾਮ ਦੇਵ ਦੀਆਂ ਸੰਗਤਾਂ ਨਾਲ ਜੁੜਿਆ ਹੋਇਆ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵਾ ਉਹ ਸ਼ਾਇਦ ਜਿਹੜਾ ਬੂਰ ਪੈਂਦਾ ਹੋਇਆ ਤੇ ਇੱਕ ਅੜਿੰਗਾ ਜਿਹਾ ਹੀ ਡਾਇਆ ਗਿਆ ਵਾ, ਤੇ ਸ਼ਾਇਦ ਇਹਦੇ ਵਿੱਚ ਕੋਈ ਸ਼ਾਇਦ ਰਾਜਨੀਤੀ ਵੀ ਸਾਹਮਣੇ ਅਜੇ ਤੱਕ ਤੇ ਨਹੀਂ ਆਈ, ਤੇ ਸ਼ਾਇਦ ਇਹ ਰਾਜਨੀਤੀ ਵੀ ਸਾਹਮਣੇ ਜਿਹੜੀ ਉਹ ਕੁਝ ਚਿਰ ਦੇ ਬਾਅਦ ਜਿਹੜੀ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਏ। ਬਿਲਕੁਲ ਆਏਗੀ ਜੀ, ਰਾਜਨੀਤੀ ਤਾਂ ਬਿਲਕੁਲ ਨਜ਼ਰ ਆਏਗੀ। ਔਰ ਸਾਧੂ ਸਿੰਘ ਧਰਮਸੋਤ ਦਾ ਪੂਰੇ ਦਾ ਪੂਰਾ ਜਿਹੜਾ ਬਿਆਨ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕੀ ਕਿਹਾ, ਸੁਣੋ ਤੁਸੀਂ ਵੀ। ਬਿਲਕੁਲ ਉਹਨਾਂ ਨੂੰ ਤਕੜੇ ਹੋ ਕੇ ਲੜਨਾ ਚਾਹੀਦਾ, ਕੁਛ ਨਾ ਕੁਛ ਤਾਂ ਦੁੱਖ ਥੋੜ੍ਹੀ ਬਹੁਤੀਆਂ ਵੋਟਾਂ ਤਾਂ ਪੈਣਗੀਆਂ ਹੀ, ਇਹਨਾਂ ਦਾ ਹਮੇਸ਼ਾ ਹੀ ਹੋਇਆ, ਅਕਾਲੀ ਦਲ ਦਾ ਹਮੇਸ਼ਾ ਹੀ ਹੋਇਆ। ਇਹ ਤਾਂ ਪਿੱਛੇ ਪਤਾ ਨਹੀਂ ਕਿਵੇਂ 10 ਸਾਲ ਇਕੱਠੇ ਰਹਿ ਗਏ, ਨਹੀਂ ਤਾਂ ਹਮੇਸ਼ਾ ਹੁੰਦਾ ਸੀ ਅੱਧੀ ਛੁੱਟੀ ਸਾਰੀ, ਕਹਿੰਦੇ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਸਰਕਾਰ ਬਣਾ ਕੇ ਛੱਡਾਂਗੇ, ਵੀ ਸਰਕਾਰ ਬਣਾ ਲਈ ਹੁਣ ਛੱਡਣੀ ਅਸੀਂ, ਇਹਨਾਂ ਦੀ ਹਮੇਸ਼ਾ ਲੜਾਈ ਰਹੀ ਹੈ, ਤਾਂ BJP ਨੇ ਇਕੱਠੇ ਹੋ ਕੇ ਵਿੱਚ ਬਚਾਈ ਰੱਖਿਆ। ਤੋ ਜੋ ਮੈਨੂੰ ਲੱਗਦਾ ਕਿ ਇਹ ਇਕੱਠੇ ਰਹਿ ਸਕਦੇ ਨੇ, ਕਿੰਨੇ ਅਕਾਲੀ ਦਲ
ਤੁਸੀਂ ਦੇਖ ਲਓ ਅਕਾਲੀ ਦਲ ਬਾਦਲ, ਅਕਾਲੀ ਦਲ ਪੰਥਕ, ਅਕਾਲੀ ਦਲ ਮਾਨ, ਅਕਾਲੀ ਦਲ ਫੇਰੂ ਮਾਨ, ਅਕਾਲੀ ਦਲ ਕਿੰਨੇ ਹੀ ਸਾਰੇ, ਇੱਕ ਅਕਾਲੀ ਦਲ ਹੈਗਾ 320 1920, ਸੋ ਕਿੰਨੇ ਨੇ ਅਕਾਲੀ ਦਲ ਹੈ, ਇਹਨਾਂ ਨੂੰ ਜਾਂ ਤਾਂ ਇੱਕ ਹੋਏ, ਨਹੀਂ ਤਾਂ ਅਕਾਲੀ ਦਲ ਨਹੀਂ ਦਲ ਹੈ। ਬਿਲਕੁਲ ਕੀਤੀ ਆ, ਚੀਫ ਮਿਨਿਸਟਰ ਸਾਹਿਬ ਦੇ ਹੁਕਮ ਦੇ ਨਾਲ, ਸੀਐਮ ਸਾਹਿਬ ਦੀ ਸ਼ਰਧਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ 550 ਜੋ ਪ੍ਰਕਾਸ਼ ਉਤਸਵ ਆ ਰਿਹਾ, ਸਾਰਾ ਸਾਲ ਹੁਣ ਤੋਂ ਹੀ ਮਨਾਉਣ ਲੱਗ ਗਏ, ਜਿੱਥੇ ਹੋਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਮਾਈ ਡਿਪਾਰਟਮੈਂਟ ਫੋਰੈਸਟ ਉਹਦੇ ਰਾਹੀਂ ਹਰ ਪਿੰਡ ਦੇ ਵਿੱਚ 550 ਬੂਟੇ, ਕਿਉਂਕਿ 550 ਹੀ ਹੈ, 550 ਬੂਟੇ ਹਰ ਪਿੰਡ 'ਚ ਵਾਧੂ ਲੱਗ ਜਾਣ ਤਾਂ ਸਾਰਿਆਂ ਦਾ ਧੰਨਵਾਦ। ਸ਼ਹਿਰਾਂ ਦੇ ਵਿੱਚ, ਸਕੂਲਾਂ ਦੇ ਵਿੱਚ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਰੇ ਸਾਡਾ ਡਿਪਾਰਟਮੈਂਟ ਬੂਟੇ ਦੇਗਾ, ਨਵੇਂ ਨਰੋਏ ਬੂਟੇ ਦੇਗਾ, ਅਸੀਂ ਮਿੱਠੀ ਯਾਦ, ਪਤਾ ਨਹੀਂ ਕਦੋਂ ਹੁਣ 50 ਸਾਲ ਬਾਅਦ ਵਾਰੀ ਆਏਗੀ ਸ਼ਤਾਬਦੀ, ਅਤੇ ਅਸੀਂ ਤਾਂ ਦੇਖਣਾ ਨਹੀਂ। ਅਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ 'ਤੇ ਇੱਕ ਇੱਕ ਬੂਟਾ ਸਾਰੇ ਪੰਜਾਬੀਆਂ ਨੂੰ ਲਾਉਣਾ ਚਾਹੀਦਾ ਹੈ, ਉਹ ਲਾਉਣਾ ਚਾਹੀਦਾ ਹੈ, ਔਰ ਯਾਦ ਰਹੇਗਾ, ਔਰ ਉਹਨੂੰ ਪਾਲਣਾ ਚਾਹੀਦਾ, ਬਕਾਇਦਾ ਲਿਖਣ ਮਿੱਠੀ ਯਾਦ ਗੁਰੂ ਨਾਨਕ ਪਾਤਸ਼ਾਹ ਦੀ, ਹਰ ਬੂਟੇ ਦੇ ਉੱਥੇ ਆਪਣਾ ਜੋ ਆ ਟ੍ਰੀ ਗਾਰਡ ਲਾ ਕੇ ਉਹਨੂੰ ਪਾਲਣ, ਔਰ ਉਹ ਇੱਕ ਮਿੱਠੀ ਯਾਦ ਬਣ ਕੇ ਰਹਿ ਜਾਏਗੀ। ਦੇਖੋ ਕੁੰਭ ਦੇ ਮੇਲੇ 'ਤੇ 10,000 ਕਰੋੜ ਰੁਪਈਆ ਦਿੱਤਾ ਮੋਦੀ ਸਾਹਿਬ ਨੇ, ਇੱਥੇ ਮੋਦੀ ਸਾਹਿਬ ਆਏ, ਸਾਰੇ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਹੈ, 550 ਜਨਮ ਦਿਹਾੜਾ ਹੈ, ਗੁਰਪੁਰਬ ਹੈ, ਆਸਾਂ ਲਾਈ ਬੈਠੇ ਸੀ 5,000 ਕਰੋੜ ਦੇ ਕੇ ਜਾਏਗਾ, 500 ਕਰੋੜ ਦੇ ਕੇ ਜਾਏਗਾ, ਇੱਕ ਪੈਸਾ ਨਹੀਂ ਦੇ ਕੇ ਗਿਆ, ਤੂੰ ਇੱਕ ਪਾਸੇ 10,000 ਕਰੋੜ ਦੇ ਰਹੇ ਹੋ, ਇੱਥੇ ਸਾਡਾ 550 ਗੁਰਪੁਰਬ ਹੈ, ਗੁਰੂ ਨਾਨਕ ਪਾਤਸ਼ਾਹ ਦਾ, ਦੁਨੀਆਂ ਦੇ ਗੁਰੂ ਹੋਏ ਨੇ, ਦੁਨੀਆਂ ਦਾ ਭਲਾ ਮੰਗਣ ਵਾਲੇ ਨੇ, ਇੱਕ ਰੁਪਈਆ ਦੇ ਕੇ ਨਹੀਂ ਜਾਣ, ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪਾਲੀਆਂ ਬੋਲੇ ਨਹੀਂ, ਇਹਨਾਂ 'ਚ ਕੋਈ ਜ਼ਰੂਰਤ ਨਹੀਂ ਹੈ। ਗੱਲ ਇਹ ਹੈ, ਇਹ ਗੱਲਾਂ ਕਰਦੇ ਨੇ, ਕਾਂਗਰਸ ਕੰਮ ਕਰਦੀ ਆ, ਰਾਹੁਲ ਗਾਂਧੀ ਨੇ ਕਹਿਤਾ ਕਿ 10,000 ਰੁਪਈਆ ਦੇਣਾ, ਪਤਾ ਨਹੀਂ 12,000 ਰੁਪਈਆ ਦੇਣਾ, ਇਹਦਾ 6 ਦੀ ਮੰਗ ਕਰ ਰਹੇ ਹਾਂ ਅਸੀਂ, 12,000 ਕਹਿ ਦਿੱਤਾ ਰਾਹੁਲ ਗਾਂਧੀ ਨੇ, ਸੋ ਗੱਲ ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਜਦੋਂ ਦਾਣੇ ਡੁੱਲ ਗਏ, ਝੋਲੀ ਖਾਲੀ ਹੋ ਗਈ, ਅਲਵਿਦਾ ਹੋਣ ਵਾਲੀ ਹੈ, ਮੋਦੀ ਸਾਹਿਬ ਜਾ ਰਹੇ ਨੇ, ਰਾਹੁਲ ਜੀ ਆ ਰਹੇ ਨੇ, ਕਹਾਣੀ ਖਤਮ ਹੈ, ਵੈਲਕਮ ਇੰਡੀਆ ਰਾਹੁਲ ਜੀ ਨੂੰ ਕਰ ਰਹੀ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ, ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।